ਫਲੋਰ ਵਾਲਿਓ ਸਾਵਧਾਨ ਹੋ ਜਾਓ, ਤੁਹਾਡੇ ਇਲਾਕੇ ਦੇ ਵਿੱਚ ਤੇਂਦੂਆ ਘੁੰਮਦਾ ਪਿਆ ਏ, ਸ਼ਰੇਆਮ ਸੜਕਾਂ ਦੇ ਉੱਤੇ ਘੁੰਮ ਰਿਹਾ ਏ ਤੇਂਦੂਆ। ਦੇਖ ਸਕਦੇ ਹੋ ਤਸਵੀਰਾਂ, ਇੱਕ ਕੋਠੀ 'ਤੇ ਲੱਗੇ CCTV ਦੇ ਵਿੱਚ ਇਹ ਤੇਂਦੂਆ ਭੱਜਦਾ ਹੋਇਆ ਕੈਦ ਹੋਇਆ ਏ। ਤਾਂ ਦੱਸ ਦਈਏ ਕਿ ਤਸਵੀਰਾਂ ਫਲੋਰ ਦੇ ਮੁਹੱਲਾ ਕਾਜੀਆਂ ਵਾਰਡ ਨੰਬਰ 7 ਦੀਆਂ ਆ ਰਹੀਆਂ ਨੇ ਸਾਹਮਣੇ, ਜਿੱਥੇ ਗਲੀ ਨੰਬਰ 7 ਦੇ ਵਿੱਚ ਇਹ ਤੇਂਦੂਆ ਭੱਜਦਾ ਹੋਇਆ ਦਿਖਾਈ ਦਿੱਤਾ ਏ, CCTV ਦੇ ਵਿੱਚ ਕੈਦ ਹੋਇਆ ਏ ਤੇਂਦੂਆ। ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਸਮਰਾਲਾ ਅਤੇ ਖੰਨਾ ਦੇ ਵਿਖੇ ਇਸ ਤੇਂਦੂਏ ਨੂੰ ਸਪੋਟ ਕੀਤਾ ਗਿਆ ਸੀ, ਉੱਥੋਂ ਤਸਵੀਰਾਂ ਸਾਹਮਣੇ ਆਈਆਂ ਸੀ। ਤਾਂ ਹੁਣ ਇੱਕ ਵਾਰ ਫਿਰ ਇਹ ਤੇਂਦੂਆ ਫਲੋਰ ਦੇ ਵਿੱਚ ਪਹੁੰਚ ਗਿਆ ਏ, ਪਰ ਇਹ ਨਹੀਂ ਪੁਸ਼ਟੀ ਕੀਤੀ ਜਾ ਸਕਦੀ ਕਿ ਇਹ ਤੇਂਦੂਆ ਸਮਰਾਲਾ ਵਾਲਾ ਤੇਂਦੂਆ ਹੈ ਕਿ ਹੋਰ ਕੋਈ ਹੈ। ਪਰ ਵੱਡੀ ਖਬਰ ਹੈ ਆਲੇ ਦੁਆਲੇ ਵਾਲੇ ਇਲਾਕੇ, ਯਾਨੀ ਕਿ ਜਲੰਧਰ, ਲੁਧਿਆਣਾ ਅਤੇ ਗੁਰਾਇਆਂ ਵਾਲੇ ਲੋਕ ਵੀ ਇਹ ਖਬਰ ਜ਼ਰੂਰ ਦੇਖ ਲੈਣ, ਕਿਉਂਕਿ ਗਲੀਆਂ ਦੇ ਵਿੱਚ ਸ਼ਰੇਆਮ ਇਹ ਤੇਂਦੂਆ ਘੁੰਮ ਰਿਹਾ ਏ। ਲਗਾਤਾਰ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ, ਲੋਕਾਂ ਨੂੰ ਗਲੀਆਂ ਦੇ ਵਿੱਚ ਆਮ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਏ ਤੇਂਦੂਆ। ਲਗਾਤਾਰ ਜੰਗਲਾਤ ਵਿਭਾਗ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ, ਪਰ ਜੰਗਲਾਤ ਵਿਭਾਗ ਇੰਝ ਜਾਪ ਰਿਹਾ ਕਿ ਜਿਵੇਂ ਸੁੱਤਾ ਹੋਵੇ, ਕਿਉਂਕਿ ਕਈ ਦਿਨ ਹੋ ਗਏ ਗਲੀਆਂ ਦੇ ਵਿੱਚ ਕਦੇ ਸਮਰਾਲਾ 'ਚ ਦਿਖਦਾ ਏ ਤੇਂਦੂਆ, ਕਦੇ ਖੰਨਾ ਦੇ ਵਿੱਚ, ਅਤੇ ਹੁਣ ਫਲੋਰ ਦੇ ਵਿੱਚ ਸਪੋਟ ਕੀਤਾ ਗਿਆ ਏ। CCTV ਲੱਗੇ ਸੀ ਤਾਂ ਕਰਕੇ ਗਲੀ ਦੇ ਵਿੱਚ ਭੱਜਦਾ ਹੋਇਆ ਇਹ ਤੇਂਦੂਆ ਦੇਖ ਗਿਆ। ਤੁਹਾਨੂੰ ਫੋਟੋਆਂ ਜ਼ੂਮ ਕਰਕੇ ਅਤੇ ਪੌਜ਼ ਕਰਕੇ ਦਿਖਾਵਾਂਗੇ ਕਿ ਇਹ ਤੇਂਦੂਆ ਹੀ ਹੈ। ਕਈ ਲੋਕਾਂ ਨੂੰ ਭਰਮ ਹੋਵੇਗਾ ਕਿ ਭੱਜਦਾ ਹੋਇਆ ਕਿਤੇ ਹੋਰ ਕੋਈ ਜਾਨਵਰ ਤਾਂ ਨਹੀਂ, ਪਰ ਧਿਆਨ ਨਾਲ ਦੇਖੋ ਇਸ 'ਤੇ ਪਿੰਡੇ ਦੇ ਪਏ ਹੋਏ ਨਿਸ਼ਾਨ ਸਾਫ਼ ਸਾਫ਼ ਦੇਖੇ ਜਾ ਸਕਦੇ ਨੇ। ਲੰਬਾਈ ਇਸ ਦੀ ਕਿਸੇ ਹੋਰ ਕੁੱਤੇ ਬਿੱਲੀ ਦੇ ਨਾਲੋਂ ਵੱਡੀ ਹੈ। ਗਲੀਆਂ ਦੇ ਵਿੱਚ ਭੱਜਦਾ ਹੋਇਆ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ। ਇਹ ਕਿਸੇ ਜਾਨਵਰ ਜਾਂ ਫਿਰ ਕਿਸੇ ਇਨਸਾਨ ਦੇ ਉੱਤੇ ਹਮਲਾ ਕਰ ਸਕਦਾ ਹੈ, ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਹ ਵੱਡੀ ਗੱਲ ਹੈ। ਪਰ ਉਦੋਂ ਤੱਕ ਤੁਸੀਂ ਦੇਖੋ ਇਹ ਤਸਵੀਰਾਂ ਫਲੋਰ ਵਾਲਿਆਂ ਲਈ ਅਤੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ, ਲੁਧਿਆਣਾ, ਗੁਰਾਇਆਂ, ਜਲੰਧਰ, ਇੱਥੇ ਵਾਲੇ ਲੋਕ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਆਪਣੇ ਲੋਕਾਂ ਤੱਕ ਇਹ ਖਬਰ ਪਹੁੰਚਾਓ, ਤਾਂ ਕਿ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਲੋਕ ਧਿਆਨ ਰੱਖਣ, ਕਿਉਂਕਿ ਗਲੀਆਂ ਦੇ ਵਿੱਚ, ਫਲੋਰ ਦੀਆਂ ਗਲੀਆਂ ਦੇ ਵਿੱਚ ਇਹ ਤੇਂਦੂਆ ਭੱਜਦਾ ਹੋਇਆ ਦਿਖਾਈ ਦਿੱਤਾ ਹੈ। ਫਲੋਰ ਵਾਲਿਓ ਸਾਵਧਾਨ ਹੋ ਜਾਓ, ਤੁਹਾਡੇ ਇਲਾਕੇ ਦੇ ਵਿੱਚ ਤੇਂਦੂਆ ਘੁੰਮਦਾ ਪਿਆ ਏ, ਸ਼ਰੇਆਮ ਸੜਕਾਂ ਦੇ ਉੱਤੇ ਘੁੰਮ ਰਿਹਾ ਏ ਤੇਂਦੂਆ। ਦੇਖ ਸਕਦੇ ਹੋ ਤਸਵੀਰਾਂ, ਇੱਕ ਕੋਠੀ 'ਤੇ ਲੱਗੇ CCTV ਦੇ ਵਿੱਚ ਇਹ ਤੇਂਦੂਆ ਭੱਜਦਾ ਹੋਇਆ ਕੈਦ ਹੋਇਆ ਏ। ਤਾਂ ਦੱਸ ਦਈਏ ਕਿ ਤਸਵੀਰਾਂ ਫਲੋਰ ਦੇ ਮੁਹੱਲਾ ਕਾਜੀਆਂ ਵਾਰਡ ਨੰਬਰ 7 ਦੀਆਂ ਆ ਰਹੀਆਂ ਨੇ ਸਾਹਮਣੇ, ਜਿੱਥੇ ਗਲੀ ਨੰਬਰ 7 ਦੇ ਵਿੱਚ ਇਹ ਤੇਂਦੂਆ ਭੱਜਦਾ ਹੋਇਆ ਦਿਖਾਈ ਦਿੱਤਾ ਏ, CCTV ਦੇ ਵਿੱਚ ਕੈਦ ਹੋਇਆ ਏ ਤੇਂਦੂਆ। ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਸਮਰਾਲਾ ਅਤੇ ਖੰਨਾ ਦੇ ਵਿਖੇ ਇਸ ਤੇਂਦੂਏ ਨੂੰ ਸਪੋਟ ਕੀਤਾ ਗਿਆ ਸੀ, ਉੱਥੋਂ ਤਸਵੀਰਾਂ ਸਾਹਮਣੇ ਆਈਆਂ ਸੀ। ਤਾਂ ਹੁਣ ਇੱਕ ਵਾਰ ਫਿਰ ਇਹ ਤੇਂਦੂਆ ਫਲੋਰ ਦੇ ਵਿੱਚ ਪਹੁੰਚ ਗਿਆ ਏ, ਪਰ ਇਹ ਨਹੀਂ ਪੁਸ਼ਟੀ ਕੀਤੀ ਜਾ ਸਕਦੀ ਕਿ ਇਹ ਤੇਂਦੂਆ ਸਮਰਾਲਾ ਵਾਲਾ ਤੇਂਦੂਆ ਹੈ ਕਿ ਹੋਰ ਕੋਈ ਹੈ। ਪਰ ਵੱਡੀ ਖਬਰ ਹੈ ਆਲੇ ਦੁਆਲੇ ਵਾਲੇ ਇਲਾਕੇ, ਯਾਨੀ ਕਿ ਜਲੰਧਰ, ਲੁਧਿਆਣਾ ਅਤੇ ਗੁਰਾਇਆਂ ਵਾਲੇ ਲੋਕ ਵੀ ਇਹ ਖਬਰ ਜ਼ਰੂਰ ਦੇਖ ਲੈਣ, ਕਿਉਂਕਿ ਗਲੀਆਂ ਦੇ ਵਿੱਚ ਸ਼ਰੇਆਮ ਇਹ ਤੇਂਦੂਆ ਘੁੰਮ ਰਿਹਾ ਏ। ਲਗਾਤਾਰ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ, ਲੋਕਾਂ ਨੂੰ ਗਲੀਆਂ ਦੇ ਵਿੱਚ ਆਮ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਏ ਤੇਂਦੂਆ। ਲਗਾਤਾਰ ਜੰਗਲਾਤ ਵਿਭਾਗ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ, ਪਰ ਜੰਗਲਾਤ ਵਿਭਾਗ ਇੰਝ ਜਾਪ ਰਿਹਾ ਕਿ ਜਿਵੇਂ ਸੁੱਤਾ ਹੋਵੇ, ਕਿਉਂਕਿ ਕਈ ਦਿਨ ਹੋ ਗਏ ਗਲੀਆਂ ਦੇ ਵਿੱਚ ਕਦੇ ਸਮਰਾਲਾ 'ਚ ਦਿਖਦਾ ਏ ਤੇਂਦੂਆ, ਕਦੇ ਖੰਨਾ ਦੇ ਵਿੱਚ, ਅਤੇ ਹੁਣ
ਫਲੋਰ ਦੇ ਵਿੱਚ ਸਪੋਟ ਕੀਤਾ ਗਿਆ ਹੈ। ਸੀ ਸੀ ਟੀ ਵੀ ਲੱਗੇ ਸੀ ਤਾਂ ਕਰਕੇ ਗਲੀ ਦੇ ਵਿੱਚ ਭੱਜਦਾ ਹੋਇਆ ਇਹ ਤੇਂਦੂਆ ਦੇਖ ਗਿਆ। ਤੁਹਾਨੂੰ ਫੋਟੋਆਂ ਜ਼ੂਮ ਕਰਕੇ ਅਤੇ ਪੌਜ਼ ਕਰਕੇ ਦਿਖਾਵਾਂਗੇ ਕਿ ਇਹ ਤੇਂਦੂਆ ਹੀ ਹੈ। ਕਈ ਲੋਕਾਂ ਨੂੰ ਭਰਮ ਹੋਵੇਗਾ ਕਿ ਭੱਜਦਾ ਹੋਇਆ ਕਿਤੇ ਹੋਰ ਕੋਈ ਜਾਨਵਰ ਤਾਂ ਨਹੀਂ, ਪਰ ਧਿਆਨ ਨਾਲ ਦੇਖੋ ਇਸ 'ਤੇ ਪਿੰਡੇ ਦੇ ਪਏ ਹੋਏ ਨਿਸ਼ਾਨ ਸਾਫ਼ ਸਾਫ਼ ਦੇਖੇ ਜਾ ਸਕਦੇ ਨੇ। ਲੰਬਾਈ ਇਸ ਦੀ ਕਿਸੇ ਹੋਰ ਕੁੱਤੇ ਬਿੱਲੀ ਦੇ ਨਾਲੋਂ ਵੱਡੀ ਹੈ। ਗਲੀਆਂ ਦੇ ਵਿੱਚ ਭੱਜਦਾ ਹੋਇਆ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ। ਇਹ ਕਿਸੇ ਜਾਨਵਰ ਜਾਂ ਫਿਰ ਕਿਸੇ ਇਨਸਾਨ ਦੇ ਉੱਤੇ ਹਮਲਾ ਕਰ ਸਕਦਾ ਹੈ, ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਹ ਵੱਡੀ ਗੱਲ ਹੈ। ਪਰ ਉਦੋਂ ਤੱਕ ਤੁਸੀਂ ਦੇਖੋ ਇਹ ਤਸਵੀਰਾਂ ਫਲੋਰ ਵਾਲਿਆਂ ਲਈ ਅਤੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ ਲੁਧਿਆਣਾ, ਗੁਰਾਇਆ, ਜਲੰਧਰ, ਇੱਥੇ ਵਾਲੇ ਲੋਕ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਆਪਣੇ ਲੋਕਾਂ ਤੱਕ ਇਹ ਖਬਰ ਪਹੁੰਚਾਓ ਤਾਂ ਕਿ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਲੋਕ ਧਿਆਨ ਰੱਖਣ, ਕਿਉਂਕਿ ਗਲੀਆਂ ਦੇ ਵਿੱਚ, ਫਲੋਰ ਦੀਆਂ ਗਲੀਆਂ ਦੇ ਵਿੱਚ ਇਹ ਤੇਂਦੂਆ ਭੱਜਦਾ ਹੋਇਆ ਦਿਖਾਈ ਦਿੱਤਾ ਹੈ।